ਅਸਲਾਮ ਵਾਲੇਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਬੈਲਿਓ ਸਭ ਤੋਂ ਪਹਿਲੇ ਅੱਜ ਅਸੀਂ ਗੱਲ ਕਰਨੇ ਆ ਕਿ ਡਾਲਰ ਜਿਹੜਾ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਗਿਰ ਰਿਹਾ ਜਿਸਤਰਾ ਰੰਗੀਲਾ ਗਿਰ ਰਿਹਾ ਯਾਨੀ ਰੰਗੀਲੇ ਤੋਂ ਵੀ ਜ਼ਿਆਦਾ ਰਫਤਾਰ ਦੇ ਨਾਲ ਡਾਲਰ ਜਿਹੜਾ ਉਹਦੀ ਕਦਰ ਘਟ ਰਹੀ ਹੈ ਜਿਸ ਤਰ੍ਹਾਂ ਅੱਜਕੱਲ ਰੰਗੀਲੇ ਦੀ ਕਦਰ ਜਿਹੜੀ ਹੈ ਉਹ ਘਟ ਕੇ ਸਿਫਰ ਤੇ ਆ ਗਈ ਹੈ ਇਸ ਤਰ੍ਹਾਂ ਡਾਲਰ ਜਿਹੜਾ ਉਹ ਵੀ ਆਸਤਾ ਆਸਤਾ ਥੱਲੇ ਆ ਰਿਹਾ ਤੇ ਬੜੀ ਬੜੀ ਮੁਬਾਰਕਬਾਦ ਹੋਏ ਡਾਲਰ ਨੂੰ ਸਾਇਆ ਨੇ ਨੱਥ ਪਾਣਾ ਸ਼ੁਰੂ ਕਰ ਦਿੱਤੀ ਹੈ ਔਰ ਸਾਨੂੰ ਉਮੀਦ ਹੈ ਕਿ ਅਗਲੇ ਮਹੀਨੇ ਡੇਢ ਦੇ ਵਿੱਚ ਇਹ 180 170 160 ਦੇ ਅੱਗੇ ਪਿੱਛੇ ਜਿਹੜਾ ਨਾ ਉਹ ਆ ਜਾਏਗਾ ਔਰ ਹਾਲਾਤ ਜਿਹੜੇ ਨੇ ਉਹ ਕੰਟਰੋਲ ਦੇ ਵਿੱਚ ਹੋ ਜਾਣਗੇ ਮਹਿੰਗਾਈ ਵੀ ਕੰਟਰੋਲ ਚ ਆ ਜਾਏਗੀ ਔਰ ਨਾਲ ਇਹ ਵੀ ਅਸੀਂ ਤੁਹਾਨੂੰ ਖੁਸ਼ਖਬਰੀ ਦੇ ਦਈਏ ਕਿ ਹਕੂਮਤ-ਏ-ਪਾਕਿਸਤਾਨ ਨੇ ਪਾਕਿਸਤਾਨ ਨੂੰ শ্রীলঙ্কা ਬਣਨ ਤੋਂ ਬਿਲਕੁਲ ਬਚਾ ਲਿਆ ਉਸ ਖਤਰੇ ਦੇ ਵਿੱਚੋਂ ਅਸੀਂ ਨਿਕਲ ਚੁਕੇ ਹਾਂ ਜਿੱਥੇ ਸਾਨੂੰ ਨਿਆਜ਼ੀ ਛੱਡ ਕੇ ਗਿਆ ਸੀ ਨੈਰ ਵਾਲੇ ਪੁਲ ਤੇ ਛੱਡ ਕੇ ਤੇ ਆਪ ਅਗਾ ਕਿਦਰੇ ਬਣੀ ਗਾਲਾ ਨਿਕਲ ਗਿਆ ਸੀ ਯਾ ਯਕਨ ਜੀ ਯਾਦ ਮੈਂ ਕਿਹਾ ਯਾਦ ਕਰਾ ਦਿਆਂ ਅੱਛਾ ਇਹ ਤੇ ਗੱਲ ਹੋ ਗਈ ਔਰ ਅਸੀਂ ਇਹਦੇ ਤੇ تفصیلی ویڈیو ਜਿਹੜੀ ਹੈ ਐ ਡਾਲਰ ਦੀ ਕਦਰ ਤੇ ਔਰ ਨਿਆਜ਼ੀ ਦੀ ਕਦਰ ਤੇ ਅੱਜ ਸ਼ਾਮ ਨੂੰ ਅਸੀਂ تفصیلی ویڈیو ਕਰਾਂਗੇ ਔਰ ਉਹ ਦਿੱਤਾ ਨੂੰ بڑا مواد ਜਿਹੜਾ ਨਾ ਉਹ ਮਿਲੇਗਾ ਪਰ ਜਿਹੜੀ ਸਟੋਰੀ ਅਸੀਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਅੱਜ ਇਹ ਬਹੁਤ ਵੱਡੀ ਸਟੋਰੀ ਹੈ ਔਰ ਇਹਨੂੰ ਬੜੇ ਗੌਰ ਨਾਲ ਸੁਣਨਾ ਹੈ ਔਰ ਤੁਸੀਂ ਵੇਖਣਾ ਹੈ ਕਿ ਇਹ ਕਿਸ ਕਿਸਮ ਦੇ ਲੋਕ ਨੇ ਜਿਹੜੇ ਇਸ ਬੰਦੇ ਦੇ ਨਾਲ ਨੇ ਜਿਹੜੇ ਇਸ ਬੰਦੇ ਦੇ ਪਿੱਛੇ ਕਿਹੜੀਆਂ ਕਿਹੜੀਆਂ ਮੁਕੱਦਸ ਜੜੀਆਂ ਸਾਡੀਆਂ ਜਗ੍ਹਾ ਨੇ ਮੁਕੱਦਸ ਜਿਹੜੇ ਮਕਾਮਾਤ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਦੇ ਮੈਂ ਹਮੇਸ਼ਾ ਕਹਿਣਾ ਹੁੰਨਾ ਔਰ ਅੱਜ ਵੀ ਕਹਿ ਰਹੇ ਹਾਂ ਔਰ ਮੇਰਾ ਦਿਲ ਕਹਿੰਦਾ ਹੈ ਕਿ ਇਸ ਬੰਦੇ ਦਾ ਨਾ ਪਾਕਿਸਤਾਨ ਨਾਲ ਕੋਈ ਤੱਲਕ ਚ ਤੇ ਨਾ ਸਾਡੇ ਇਸਲਾਮ ਨਾਲ ਕੋਈ ਤੱਲਕ ਚ ਇਹ ਅਸੀਂ ਬਿਲਕੁਲ ਬਵਾਂਗੇ ਦੋਹਲ ਕਹਿੰਦੇ ਆ ਕਿਉਂਕਿ ਮੈਂ ਉਹਨਾਂ ਲੋਕਾਂ ਨੂੰ ਜਾਣਨਾ ਜਿਹੜੇ ਦੇ ਪਰੋਕਾਰ ਨੇ ਇੱਥੇ ਯੂਰਪ ਵਿੱਚ ਔਰ ਉਹ ਬਵਾਂਗੇ ਦੋਹਲ ਕਹਿੰਦੇ ਨੇ ਕਿ ਸਾਡਾ ਇਹ ਖਲੀਫਾ ਹੈ ਔਰ ਸਾਡਾ ਜਿਹੜਾ ਉਹ ਸਿਸਟਮ ਹੈ ਜਿਹੜਾ 1973 ਵਾਲਾ ਤੇ ਅਸੀਂ ਇਹਦੇ ਪਿੱਛੇ ਆ ਸਾਡਾ ਜੀਣਾ ਮਰਨਾ ਜਿਹੜਾ ਇਹਦੇ ਨਾਲ ਤਾਂ ਇਹ ਕਿਉਂਕਿ ਇਹ ਸਾਡਾ ਖਲੀਫਾ ਹੈ ਮੈਂ ਨਿਆਜ਼ੀ ਦੀ ਗੱਲ ਕਰ ਰਿਹਾ ਰੰਗੀਲੇ ਦੀ ਠੀਕ ਹੈ ਕੋਈ 2-3 ਮਹੀਨੇ ਪਹਿਲੇ ਤੁਹਾਨੂੰ ਪਤਾ ਜਦੋਂ ਨਿਆਜ਼ੀ ਨੂੰ ਵਜ਼ੀਰ ਆਜ਼ਮ ਹਾਊਸ ਤੋਂ ਕੱਢਿਆ ਗਿਆ ਉਹ ਸਾਰੀ ਗੱਲ ਅੱਗੇ ਤੁਹਾਨੂੰ ਸੇ ਦੱਸ ਚੁੱਕਿਆ 9 ਅਪ੍ਰੈਲ ਤੋਂ ਬਾਅਦ ਦੀ ਇਹ ਗੱਲ ਮੈਂ ਤੁਹਾਡੇ ਹੁਣ ਗੋਸ਼ਕੁਜ਼ਾਰ ਕਰਨੀ ਜਦੋਂ ਸ਼ਬਾਸ਼ ਸ਼ਰੀਫ ਵਜ਼ੀਰ ਆਜ਼ਮ ਬਣਦਾ ਤੇ ਉਹ ਸਾਊਦੀ ਅਰਬ ਜਾਂਦਾ ਚੰ ਦਿਨਾਂ ਤੋਂ ਬਾਅਦ ਹਫ਼ਤਾ 2 10 ਦਿਨਾਂ ਤੋਂ ਬਾਅਦ ਆਪਣੇ ਚੰਦ ਕਬੀਨਾ ਦੇ ਮੈਂਬਰਾਂ ਨੂੰ ਨਾਲ ਲੈ ਕੇ ਤੇ ਉੱਥੇ ਜਾਂਦਾ ਠੀਕ ਹੋ ਗਿਆ ਔਰ ਉੱਥੇ ਜਾਣ ਤੋਂ ਪਹਿਲੇ ਕੁਝ ਲੰਡਨ ਤੋਂ ਟੀਮਾਂ ਨਿਆਜ਼ੀ ਨੇ ਭੇਜੀਆਂ ਕੁਝ ਪਾਕਿਸਤਾਨ ਤੋਂ ਭੇਜੀਆਂ ਔਰ ਸ਼ੇਖ ਰਸ਼ੀਦ ਨੂੰ ਵੀ ਉੱਥੇ ਭੇਜਿਆ ਆਪਣੇ ਭਤੀਜੇ ਦੇ ਨਾਲ ਸ਼ੇਖ ਰਾਸ਼ਦ ਸਮੇਅ ਔਰ ਪਸ਼ਾਵਰ ਤੋਂ ਵੀ ਕੁਝ 30 ਤੋਂ 35 ਪਠਾਨ ਜਿਹੜੇ ਨੇ ਉਹ ਕਿਰਾਏ ਤੇ ਰੋਟੀ ਤੇ ਉੱਥੇ ਲੈ ਕੇ ਗਏ ਜਹਾਜ਼ ਦੇ ਵਿੱਚ ਬਿਠਾ ਕੇ ਪਠਾਣਾ ਨੂੰ ਜਹਾਜ਼ ਦਾ ਵੀ ਝੂਠਾ ਦਵਾਇਆ ਨਿਆਜ਼ੀ ਨੇ ਲੱਖ ਲੱਖ ਡੇਢ ਡੇਢ ਰੁਪਏ ਲੱਖ ਉਹਨਾਂ ਦਾ ਮੁਕਿਆ ਮੁਕਣ ਤੋਂ ਬਾਅਦ ਉਹਨਾਂ ਉੱਥੇ ਗਿਆ ਬਈ ਯਾਨੀ ਕਿ ਫਲਾਣੇ ਦਿਨ ਸ਼ਬਾਸ਼ ਸ਼ਰੀਫ ਨੇ ਇੱਥੋਂ ਲੰਘਣਾ ਹਰਮ ਸ਼ਰੀਫ ਦੇ ਵਿੱਚੋਂ ਲੰਘਣਾ ਜਾਂ ਮਸਜਿਦ ਨਬੀ ਦੇ ਵਿੱਚੋਂ ਲੰਘਣਾ ਐਸ ਮਕਾਮ ਦੇ ਉੱਤੇ ਜਦੋਂ ਪਹੁੰਚੇਗਾ ਤੇ ਤੁਸੀਂ ਨਾਰੇ ਬਾਜ਼ੀ ਸ਼ੁਰੂ ਕਰ ਦੇਣੀ ਹੈ ਇੰਪੋਰਟਡ ਹਕੂਮਤ ਔਰ ਫੁਲਾ ਔਰ ਜੋ ਵੀ ਉਹ ਬਕਵਾਸiyat ਪਿਛਲੇ 10 ਸਾਲ ਤੋਂ ਕਰ ਰਿਹਾ ਜਦੋਂ ਦਾ ਉਹ ਪਾਸ਼ਾ ਔਰ ਜ਼ੈਰੁਲ ਇਸਲਾਮ ਦੇ بدن ਦੇ ਵਿੱਚ ਇਹਨੂੰ ਜਮਿਆ ਗਿਆ ਸੀ ਠੀਕ ਨਾ ਮੈਂ ਕਿ ਸਾਰੀਆਂ ਗੱਲਾਂ ਨਾਲ ਨਾਲ ਦੱਸਦਾ ਵੀ ਰਹਿਣਾ ਤਾਂ ਕਿ ਜਿਹੜੇ ਇਹ ਬੱਚੇ ਨੇ 18 ਤੋਂ 25 ਸਾਲ ਦੇ ਇਹਨਾਂ ਨੂੰ ਕੀ ਪਤਾ ਹੈ ਕਿ ਕੌਣ ਹੁਣ ਤਾਂ ਖੈਰ ਸਾਰਿਆਂ ਨੂੰ ਪਤਾ ਲੱਗ ਗਿਆ ਵੇ ਦੁਨੀਆ ਦਾ ਸਭ ਤੋਂ ਵੱਡਾ ਡਾਕੂ ਔਰ ਚੋਰ ਨਿਕਲਿਆ ਠੀਕ ਨਾ ਜੀ ਵੱਲ ਜ਼ਕਾਤ ਦੇ ਨਾਂ ਤੇ ਪਾਸੇ ਇਕੱਠੇ ਕਰਕੇ ਯਾਸ਼ੀ ਕਰ ਗਿਆ ਔਰ ਦੱਸਿਆ ਵੀ ਨਹੀਂ ਕਿ ਮੈਂ ਖਾ ਗਿਆ ਔਰ ਅਲੀਮਾ ਜਿਹੜੀ ਅਮਰੀਕਾ ਦੇ ਵਿੱਚ 20 20 ਮੰਜ਼ਲਾ ਬਿਲਡਿੰਗਾਂ ਜਿਹੜੀਆਂ ਬਣਾ ਕੇ ਬੈਠੀ ਹੈ ਕਿਰਾਏ ਤੇ ਵੇਚੀ ਜਾ ਰਹੀ ਹੈ ਆਪਣੇ ਫਲੈਟ ਇਹ ਬੈਕ ਸਕੂਨ ਨਾ ਖਾਈ ਜਾ ਰਿਹਾ ਅੱਛਾ ਇਹ ਜਦੋਂ ਸ਼ਿਖਾ ਸ਼ਰੀਫ ਸਾਹਿਬ ਉੱਥੇ ਜਾਂਦੇ ਨੇ ਸਾਊਦੀ ਅਰਬ ਦੇ ਵਿੱਚ ਉਮਰਾ ਕਰਨ ਔਰ ਮੁਲਾਕਾਤਾਂ ਕਰਨ ਮਸਜਿਦ ਨਬੀ ਤੋਂ ਮਤਲਬ ਕਿੰਨੀ ਕੋ ਸਾਡੇ ਆਸਤੇ ਉਹ ਮੁਹੱਬਤ ਵਾਲੀ ਜਗ੍ਹਾ ਕਿੰਨੀ ਕੋ ਅਕੀਦਤ ਵਾਲੀ ਜਗ੍ਹਾ ਇਹ ਸਬਿਆਨ ਨਹੀਂ ਕਰ ਸਕਤੇ ਠੀਕ ਹੈ ਨਾ ਜੀ ਬਿਆਨ ਨਹੀਂ ਕਰ ਸਕਤੇ ਲੇਕਿਨ ਇਹ ਸ਼ਖਸ ਇਸ ਉਸ ਜਗ੍ਹਾ ਨੂੰ ਵੀ ਨਹੀਂ ਸੀ ਛੱਡਿਆ ਬੰਦੇ ਉੱਥੇ ਇਕੱਲੇ ਔਰ ਕੁਛ ਲੋਕਲ ਸਾਊਦੀ ਅਰਬ ਦੇ ਜਿਹੜੇ ਯੂਥੀਏ ਸੀ ਜ਼ਿਆਦਾਤਰ ਉਹਨਾਂ ਚ ਪਠਾਨ ਹੀ ਨੇ ਔਰ ਇੱਕ ਦੋ ਜਿਹੜੇ ਨੇ ਮੇਰੇ ਖਿਆਲ ਨਾਲ ਉਹ ਪੰਜਾਬੀ ਨੇ ਉਹਨਾਂ ਨੂੰ ਵੀ ਜਾ ਕੇ ਉੱਥੇ ਉਕਸਾ ਕੇ ਕੁ 20 20 30 30 ਰਿਆਲ 50 50 ਰਿਆਲ ਦੇ ਕੇ ਇਹਨਾਂ ਦੇ ਖਿਲਾਫ ਨਾਰੇਬਾਜ਼ੀ ਕਰਵਾਈ ਗਈ ਕਿੱਥੇ ਮਸਜਿਦ-ਏ-ਨਬਵੀ ਦੇ ਵਿੱਚ ਜਿੱਥੇ ਤੇ ਉਂਝ ਹੀ ਬੰਦਾ ਚਲਾ ਜਾਏ ਤੇ ਬੰਦਾ ਇੱਕ ਸਹਿਰ ਦੇ ਵਿੱਚ ਮੁਤਲਾਹ ਹੋ ਜਾਂਦਾ ਆਪਣੇ ਨਬੀ ਦੀ ਮੁਹੱਬਤ ਦੇ ਵਿੱਚ ਔਰ ਉੱਥੇ ਜਾ ਕੇ ਇਹ ਜਿਹੜੇ ਲੋਕ ਨਹੀਂ ਇਮਰਾਨ ਖਾਨ ਦੇ ਹਮਾਇਤੀ ਇਹਨਾਂ ਨੇ ਜਾ ਕੇ ਨਾਰੇਬਾਜ਼ੀ ਕੀਤੀ ਔਰ ਗਾਲਮ ਗਲੋਚ ਕੀਤੀ ਕਿੱਥੇ ਮਸਜਿਦ-ਏ-ਨਬਵੀ ਦੇ ਅੰਦਰ ਉਹ ਤੇ ਕਰ ਲਈ ਉਹਦੀ ਸਜ਼ਾ ਵੀ ਅੱਜ ਉਹ ਭੁਗਤ ਰਿਹਾ ਹੈ ਇਹ ਨਿਆਜ਼ੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਤੁਸੀਂ ਰੋਜ਼ਾ ਹੈ ਰਸੂਲ ਦੀ ਮਸਜਿਦ ਨਬਵੀ ਦੀ ਬੇਹਰਮਤੀ ਕਰੋ ਤੇ ਤੁਹਾਨੂੰ ਸਜ਼ਾ ਨਾ ਮਿਲੇ ਅੱਜ ਅੱਜ ਜੋ ਕੁਝ ਹੋ ਰਿਹਾ ਜੋ ਕੁਝ ਇਹਦਾ ਨੰਗਾ ਹੋ ਰਿਹਾ ਇਹ ਉਸੇ ਦੀ ਉਸੇ ਵਜ੍ਹਾ ਤੋਂ ਹੋ ਰਿਹਾ ਇਹ ਵੀ ਮੈਂ ਤੁਹਾਨੂੰ ਨਾਲ ਤੁਹਾਨੂੰ ਦੱਸ ਦਿਆਂ ਸਾਡਾ ਯਕੀਨ ਹੈ ਦਿੱਤ ਠੀਕ ਹੈ ਨਾ ਜੀ ਉਹ ਹੁੰਦਾ ਇੰਜੇ ਬਾਈ ਜੀ ਸਾਊਦੀ ਅਰਬ ਵਾਲੇ ਜਰਾ ਅੱਗੇ ਅੱਗੇ ਆ ਜੋ ਕਿਉਂਕਿ ਤੁਹਾਡੇ ਮੁਲਕ ਦੀ ਸਟੋਰੀ ਹੈ ਮਿੱਠਾ ਜੀ ਤਿੰਨ ਪਾਕਿਸਤਾਨੀ ਜਿਹੜੇ ਨੇ ਜਿਨ੍ਹਾਂ ਨੇ ਗਲਮ ਗਲੋਚ ਕੀਤੀ ਇਮਰਾਨ ਖਾਨ ਦੇ ਪਿੱਛੇ ਲੱਗ ਕੇ 50 50 100 100 2 200 ਰਿਆਲ ਲੈ ਕੇ ਉਹਦੀ ਮੁਹੱਬਤ ਵਿੱਚ ਨਿਆਜ਼ੀ ਦੀ ਮੁਹੱਬਤ ਦੇ ਵਿੱਚ ਤਿੰਨ ਪਾਕਿਸਤਾਨੀਆਂ ਨੂੰ 10 10 ਸਾਲ ਕੈਦ ਜਿਹੜੀ ਹੈ ਉਹ ਸੁਣਾ ਦਿੱਤੀ ਗਈ ਹੈ ਜਰਾ ਧਿਆਨ ਕਰੋ 사ਊਦੀ ਅਰਬ ਵਾਲਿਆ ਧਿਆਨ ਕਰੋ ਔਰ ਸਬਕ ਸਿੱਖਣਾ ਲਾਜ਼ਮੀ ਹੈ ਦਿੱਤਾ ਮਤਲਬ ਤੁਸੀਂ ਜਿੰਨੇ ਵੀ ਮੇਰੇ ਮਿੱਠੇ ਸਾਉਦੀ ਉਹਰੇ ਵਿੱਚ ਨੇ ਉਹ ਮੇਰੇ ਆਰ ਵਿਚਾਰੇ ਦਾਤਰੀ ਗਰੁੱਪ ਨੇ ਪਿੰਡਾਂ ਥਾਵਾਂ ਤੋਂ ਆਏ ਨੇ ਮਿਹਨਤ ਮਜ਼ਦੂਰੀ ਕਰਨ ਔਰ ਇੱਥੇ ਆ ਕੇ ਮਨ ਪਾਰਟੀਆਂ ਬਾਜ਼ੀਆਂ ਤੁਸੀਂ ਸ਼ੁਰੂ ਕਰ ਦਿੰਦੇ ਹੋ ਕਰਮਾ ਲਿਓ ਔਰ ਇੰਨੇ ਅੱਗੇ ਨਿਕਲ ਜਾਂਦੇ ਹੋ ਇਸ ਕਿਸਮ ਦੇ ਲੋਕਾਂ ਦੇ ਪਿੱਛੇ ਕਿ ਮਸਜਿਦੇ ਨਬਵੀ ਨੂੰ ਵੀ ਤੁਸੀਂ ਨਹੀਂ ਬਖਸ਼ਦੇ ਉਹ ਖੁਦਾ ਦੇ ਬੰਦੇ ਕੁਝ ਖਿਆਲ ਕਰ ਲਿਆ ਕਰੋ ਯਾਰ ਇਹ ਜਨਾਬ ਤਿੰਨ ਪਾਕਿਸਤਾਨੀ ਯੂਥੀਏ ਜਿਹੜੇ ਨੇ ਉਹਨਾਂ ਨੂੰ 10-10 ਕੈਦ ਜਿਹੜੀ ਹੈ ਨਾ ਸਾਲ ਕੈਦ ਉਹ ਸੁਣਾਈ ਗਈ ਤੇ ਨਾਲ 20000 ਰੁਪਇਆ ਜੁਰਮਾਨਾ ਫੀ ਬੰਦਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਬਈ ਇਹ ਨਿਆਜ਼ੀ ਜਿਹੜਾ ਜਾਂ ਇਹ ਸ਼ੇਖ ਰਸ਼ੀਦ ਜਿਹੜਾ ਕਿਹਾ ਇਹ ਉਹਨਾਂ ਦਾ 20000 ਦਾ ਜੁਰਮਾਨਾ ਦੇਣ ਕਿਹਾ ਇਹ ਉਹਨਾਂ ਦੀ ਥਾਂ ਤੇ 10-10 ਸਾਲ ਕੈਦ ਕੱਟਣਗੇ ਕਿਹਾ ਏ شیخ রশিদ اور ਨਿਆਜ਼ੀ ਉਹਨਾਂ ਦੀਆਂ ਫੈਮਲੀਆਂ ਨੂੰ ਜਿਨ੍ਹਾਂ ਨੂੰ ਪੈਸੇ ਕਮਾ ਕੇ 1 ਰੁਪਇਆ 40 50 ਹਜ਼ਾਰ ਮਹੀਨਾ ਪਿਛਾਂ ਪਕਾਰ ਕਰ ਰਹੀ ਸੀ ਬਾਲ ਬੱਚੇ ਨੂੰ ਮਾਂ ਮਾਂ ਪੈਣਾ ਨੁਕਿਆ ਉਹਨਾਂ ਨੂੰ ਇਹ ਪੈਸੇ ਦੇਣਗੇ ਮੈਂ ਮੰਤਰੀ ਲਾਣਗੇ ਉਹਨਾਂ ਦੀ ਨਹੀਂ ਲਾਣਗੇ ਉਹਨਾਂ ਨੇ ਯੂਜ਼ ਕਰ ਲਿਆ ਔਰ ਯੂਜ਼ ਕਿੱਥੇ ਕੀਤਾ ਮਸਜਿਦੇ ਨਬਵੀ ਦੇ ਵਿੱਚ ਜਿੱਥੇ ਤੁਸੀਂ ਸੋਚ ਵੀ ਨਹੀਂ ਸਕਦੇ ਜਾ ਕੇ ਉੱਚੀ ਆਵਾਜ਼ ਵਿੱਚ ਵੀ ਬੋਲਣਾ ਠੀਕ ਹੈ ਇਹ ਜਨਾਬ ਤਿੰਨ ਜਿਹੜੇ ਯੁੱਥੀ ਅਸੀਂ ਇਹਨਾਂ ਨੂੰ 10-10 ਕੈਦ ਜਿਹੜੀ ਇਹ ਸਜ਼ਾ ਹੋ ਚੁੱਕੀ ਜੇ ਮੁਬਾਰਕ ਹੋਏ ਬੜੀ ਬੜੀ ਪਾਕਿਸਤਾਨੀਓਂ ਔਰ ਤਿੰਨ ਜਿਹੜੇ ਯੁੱਥੀ ਇਹ ਦੂਸਰੇ ਸੀ ਉਹਨਾਂ ਨੂੰ 8-8 ਸਾਲ ਜਿਹੜੀ ਉਹ ਸਜ਼ਾ ਹੋਈ ਉਹ ਯਾਦ ਤਰੇ ਯੁੱਥੀ ਇਕੱਠੇ ਸਾਂ ਜਿਹਨਾਂ ਵੀਡੀਓ ਅਪਲੋਡ ਕੀਤੀ ਮਸਜਿਦ-ਏ-ਨਬਵੀ ਦੇ ਵਿੱਚ ਔਰ ਉਹ ਪਠਾਨ ਲੱਗਦੇ ਸੀ ਮੈਨੂੰ ਔਰ ਉਹਨਾਂ ਨੇ ਕਿਹਾ ਸਾਨੂੰ ਭਜਾ ਛੜਿਆ ਇੱਥੋਂ ਨਸਾ ਦਿੱਤਾ ਇੱਥੋਂ ਨਸ ਗਿਆ ਇੱਥੋਂ ਉਹ ਤਿੰਨ ਨੇ ਹੁਣ ਤੁਸੀਂ ਇਹ ਜਿਹੜੇ ਤ੍ਰੈ ਯੁੱਥੀ ਅਸੀਂ ਇਹਨਾਂ ਨੂੰ 8-8 ਸਾਲ ਹੋਈਏ। ਕੀ ਇਹਨਾਂ ਦੀ 8-8 ਸਾਲ ਕੈਦ شیخ ਰਸ਼ੀਦ ਔਰ ਨਿਆਜ਼ੀ ਕੱਟੇਗਾ ਪਿੰਕੀ ਪੀਰ ਨੇ ਦੇ ਨਾਲ ਮਿਲ ਕੇ ਤ੍ਰੈ ਵੇਤਰਾਵਾਂ ਦੀ ਜੋੜੀ ਕੱਟਣਗੇ? ਨਹੀਂ ਕੱਟਣਗੇ। ਕੀ ਇਹਨਾਂ ਦੇ ਮਾਂ ਬਾਪ ਨੂੰ ਬੱਚਿਆਂ ਨੂੰ ਪਿੱਛੇ ਇਹ ਜਿਹੜਾ 50-50 ਹਜ਼ਾਰ ਕਮਾ ਕੇ ਕਲਦੇ ਸੀ ਪੈਸੇ ਦੇਣਗੇ? ਨਹੀਂ ਦੇਣਗੇ। ਉਹਨਾਂ ਇਸਤੇਮਾਲ ਕਰਨਾ ਸੀ ਟਿਸ਼ੂ ਦੀ ਤਰ੍ਹਾਂ ਇਸਤੇਮਾਲ ਕੀਤਾ ਆਰਗੈਨ। ਇਸੇ ਤਰ੍ਹਾਂ ਹੀ ਉਹ ਹਰ ਬੰਦੇ ਨਾਲ ਕਰਦਾ। ਠੀਕ ਹੈ ਨਾ ਜੀ ਪੂਰੀ ਦੁਨੀਆ ਦੁਨੀਆ ਦੇ ਆ ਯੋਧੀਆਂ ਕੋਲੋਂ ਨੇ ਪੈਸਾ ਇਕੱਠਾ ਕੀਤਾ ਕਰਕੇ ਖਾਉ ਪੀ ਲੂ ਕਰ ਗਏ ਉਹ ਗਿਆ ਗੱਲ ਸਮਝ ਆਈ ਕਿ ਨਹੀਂ 80 ਅਰਬ ਖਾ ਗਿਆ 2008 ਤੋਂ ਲੈ ਕੇ 13 ਤੱਕ 13 ਤੋਂ ਲੈ ਕੇ 22 ਤੱਕ ਜਿਹੜਾ ਨਾ ਉਹ 15000 ਅਰਬ ਰੁਪਈਆ ਜਿਹੜਾ ਇਸ ਖਾਦਾ 15000 ਮੈਂ ਆਪਣੀ ਹਰ ਵੀਡੀਓ 'ਚ ਕਹਿ ਰਿਹਾ 15000 ਅਰਬ ਰੁਪਈਆ ਇਸ ਖਾਦਾ 2018 ਤੋਂ ਲੈ ਕੇ 22 ਤੱਕ 11.22 ਤੱਕ ਸੋਰੀ ਠੀਕ ਨਾ ਜੀ ਤੇ ਇਹ ਜਨਾਬ 6 ਯੂਥ ਹੀ ਹੈ 6 ਯੂਥ ਇਹ 사우ਦੀ ਅਰਬ ਦੇ ਵਿੱਚ ਲਟਕਾ ਦਿੱਤੇ ਗਏ ਕਿਉਂ ਲਟਕਾਏ ਗਏ ਮਸਜਿਦ ਨਬੀ ਦੀ ਤੋਹਫੀਨ ਕੀਤੀ ਬੜੀ ਬੜੀ ਮੁਬਾਰਕ ਹੈ ਔਰ ਬੜਾ ਸਬਕ ਹੈ ਇਹਦੇ ਚ ਖਾਸ ਤੌਰ ਤੇ ਜਿਹੜੇ ਤੁਸੀਂ 사우ਦੀ ਅਰਬ ਵਿਚ ਰਹਿੰਦੇ ਹੋ ਔਰ ਜਿਹੜੇ ਹਜੇ ਵੀ ਯੂਥ ਹੀ ਉੱਥੇ ਮੌਜੂਦ ਨੇ ਉਹਨਾਂ ਵਾਸਤੇ ਬੜਾ ਸਬਕ ਹੈ ਠੀਕ ਨਾ ਜੀ ਇਨਸਾਨ ਦੇ ਪੁੱਤਰ ਬਣੋ ਸਿਆਸਤ ਨੂੰ ਸਿਆਸਤ ਸਮਝ ਕੇ ਖੇਡੋ ਸਿਆਸਤ ਨੂੰ ਦੁਸ਼ਮਣੀ ਨਾ ਬਣਾਓ ਕਿਸੇ ਦੇ ਪਿੱਛੇ ਲੱਗ ਕੇ ਇਸ ਤਰ੍ਹਾਂ ਦੀ ਹਰਕਤ ਨਾ ਕਰੋ ਕਿ ਜਿੱਥੋਂ ਨਿਕਲਣਾ ਫਿਰ ਬੜਾ ਮੁਸ਼ਕਲ ਹੋ ਜਾਏ ਗੱਲਬਾਤ ਤੱਕ ਠੀਕ ਹੈ ਲੇਕਿਨ ਇਸ ਹੱਦ ਤੱਕ ਨਾ ਜਾਓ ਆਪਣੇ ਨਬੀ ਦੇ ਰੋਜ਼ੇ ਦੇ ਉੱਤੇ ਖਲੋ ਕੇ ਤੁਸੀਂ ਉਹਦੀ ਬੇਹਰਮਤੀ ਕੀਤੀ ਤੁਹਾਨੂੰ ਸਜ਼ਾ ਮਿਲ ਗਈ ਔਰ ਤੁਹਾਡੇ ਲੀਡਰ ਨੂੰ ਵੀ ਅੱਜ ਸਜ਼ਾ ਮਿਲ ਗਈ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਚੋਰ ਔਰ ਡਾਕੂ ਸਾਬਤ ਹੋ ਗਿਆ ਇਹ ਉਹੀ ਬਦਦੁਆਈ ਇਹ ਉਹੀ ਤੁਹਾਡੀਆਂ ਕਰਨੀਆਂ ਨੇ ਜਿਹੜੀਆਂ ਤੁਸੀਂ ਕੀਤੀ ਤੁਸੀਂ ਵੀ ਅੱਜ ਭੁਗਤੀ ਜਿਹੜੇ 6 ਯੂਥੀ ਐ ਲਟਕੇ ਨੇ ਤੇ ਇਹ ਨਿਆਜ਼ੀ ਵੀ ਭੁਗਤਾ ਜੇ ਪਿਆ ਅੱਜ ਪੂਰੀ ਦੁਨੀਆ ਦੇ ਅਖਬਾਰਾਂ ਦੇ ਵਿੱਚ ਲਿਖਿਆ ਕਿ ਪਾਕਿਸਤਾਨ ਦਾ ਸਾਬਕਾ ਵਜ਼ੀਰ ਆਜ਼ਮ ਨਿਆਜ਼ੀ ਜਿਹੜਾ ਉਹ ਪੂਰੀ ਦੁਨੀਆ ਦਾ ਵੱਡਾ ਬਦ ਅਨਵਾਨ ਔਰ ਬੇਈਮਾਨ ਸ਼ਖਸ ਸਾਬਤ ਹੋ ਗਿਆ ਹੁਣ ਸਕੋਂ ਕੌਣ ਜੇ ਕਿ ਨਹੀਂ ਜਿਸਕੋਨ ਤੇ ਇਸ ਵਾਸਤੇ ਮੈਂ ਕਹਿੰਨਾ ਕਿ ਉਹਨਾਂ ਦੇ ਨਾਲ ਮੋਬਾਈਲ ਜਿਹੜੇ ਨੇ ਉਹ ਵੀ ਜ਼ਬਤ ਕਰ ਲਏ ਗਏ 20000 ਦਾ ਰਿਆਲ ਜੁਰਮਾਨਾ ਤਿੰਨਾਂ ਨੂੰ 8-8 ਸਾਲ ਤੇ ਤਿੰਨਾਂ ਨੂੰ 10-10 ਸਾਲ ਕੀ ਰਹਿ ਗਿਆ ਪਿੱਛੇ ਕੀ ਖਟਿਆ ਤੁਸੀਂ ਕੀ ਤੁਹਾਡੀ ਫੈਮਿਲੀ ਸੋਚਦੀ ਹੋਏਗੀ ਤੁਹਾਡੇ ਯਾਰ ਦੋਸਤ ਮੁਹੱਲੇਦਾਰ ਕੀ ਸੋਚਦੇ ਹੋਣਗੇ ਤੁਹਾਡੇ ਬਾਰੇ ਕਿ ਨਬੀ ਦੇ ਰੋਜ਼ੇ ਦੇ ਉੱਤੇ ਜਾ ਕੇ ਤੁਸੀਂ ਆਉਂਦੀ ਬੇਹਰਮਤੀ ਕੀਤੀ ਹੈ ਕਿਦੇ ਪਿੱਛੇ ਇੱਕ ਸ਼ੈਤਾਨ ਪਿੱਛੇ ਔਰ ਆ ਜੋ ਸ਼ੈਤਾਨ ਜਿਹੜਾ ਉਹ ਵੀ ਸਜ਼ਾ ਭੁਗਤ ਰਿਹਾ ਉਹ ਵੀ ਨੰਗਾ ਹੋ ਗਿਆ ਔਰ 92 ਤੁਹਾਡੇ ਕੀਤੇ ਦੀ ਸਜ਼ਾ ਜਿਹੜੀ ਹੈ ਇਹ ਮਿਲ ਗਈ ਹੈ ਤੇ ਪਾਕਿਸਤਾਨੀਓ ਬੜੀ ਬੜੀ ਮੁਬਾਰਕ ਹੋਵੇ ਇਹ 6 ਤੇ ਬੰਨੇ ਲੱਗੇ ਜੇ ਤੇ ਨਿਆਜ਼ੀ 7ਵਾਂ ਤੇ ਜਿਹੜੇ ਕੋ 2-4 ਦਰਜਨਾ ਹੋਰ ਰਹਿ ਗਏ ਨੇ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਇਹੋ ਹੀ ਵੱਦ ਦੁਆ ਉਹਨਾਂ ਨੂੰ ਲੱਗੇਗੀ ਔਰ ਇਹ ਫਿਨਿਸ਼ ਹੋ ਜਾਣਗੇ ਇਹ ਸਾਡੀ ਦੁਆ ਵੀ ਹੈ ਔਰ ਇਹ ਸਾਡੀ ਪਛੀਨ ਕੋਈ ਵੀ ਹੈ ਔਰ ਇਸ ਤੇ ਸਈ ਕਈ ਦਫਾ ਤੁਹਾਨੂੰ ਕਹਿ ਚੁੱਕੇ ਆ ਕਿ ਇਹ ਪਾਕਿਸਤਾਨ ਨੂੰ ਹੁਣ ਕਾਬਲੇ ਕਬੂਲ ਨਹੀਂ ਬਹੁਤ ਸ਼ੁਕਰੀਆ